ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮ ਦੁਆਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾ ਦਿੱਤਾ ਇਹਨਾਂ ਨੂੰ, ਅਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣ ਆਇਆ ਜੀ। ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਰੰਟ ਹੋਈ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ। ਕੁਛ ਨੀ, ਮਨ ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ ਨਹੀਂ? ਪਛਤਾਵਾ ਕਾਹਦਾ, ਕੋਈ ਪਛਤਾਵਾ ਨਹੀਂ। ਵੇਖਿਆ ਢੋਲ ਦੇ ਡਗੇ ਤੇ ਤੁਸੀਂ? ਹਾਂ, ਕੋਈ ਗੱਲ ਨੀ, ਕੋਈ ਗੱਲ ਨੀ। ਹਾਂਜੀ, ਸੋਲਾਂ ਦੇ ਵਿੱਚ ਰਾਮ ਦੁਆਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾ ਦਿੱਤਾ ਇਹਨਾਂ ਨੂੰ, ਅਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣ ਆਇਆ ਜੀ। ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਰੰਟ ਹੋਈ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ। ਇਹਦੇ 'ਚ ਤੁਸੀਂ ਦੱਸਿਆ 2018 'ਚ ਪਹਿਲਾਂ ਤੁਸੀਂ ਇਹ 'ਚ ਜੇਲ੍ਹ ਵੀ ਗਏ ਜੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ? ਨਹੀਂ, ਜੇਲ੍ਹ ਨਹੀਂ, ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ। ਜੀ, ਅਤੇ ਹੁਣ ਕੀ ਮਨ 'ਚ ਆਇਆ ਜੀ ਜਿਹੜਾ ਤੁਸੀਂ ਆਪਣੇ ਆਪ? ਨਹੀਂ, ਕੁਛ ਨਹੀਂ, ਮਨ 'ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ ਨਹੀਂ? ਪਛਤਾਵਾ ਕਾਹਦਾ, ਕੋਈ ਪਛਤਾਵਾ ਨਹੀਂ। ਬਸ ਵੇਖਿਆ ਢੋਲ ਦੇ ਡਗੇ ਤੇ ਤੁਸੀਂ? ਹਾਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹਾਂਜੀ, ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਨਹੀਂ, ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਜਾ ਮੈਂ ਆਪਣੇ ਗੁਰੂ ਲਈ ਜਾ ਰਿਹਾ, ਮਨ 'ਚ ਖੁਸ਼ੀ ਹੈ ਬਸ। ਕੀ ਮੈਟਰ ਅੱਜ ਕੀ ਜਿਹੜਾ ਥਾਣਾ ਗੇਟ ਹੈ ਕੀ ਬਾਬਾ? ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮ ਦੁਆਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾ ਦਿੱਤਾ ਇਹਨਾਂ ਨੂੰ, ਅਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣ ਆਇਆ ਜੀ। ਜੀ, ਤੁਸੀਂ ਆਪ ਅਰੈਸਟ ਹੋਣ ਆਏ ਜੀ? ਨਹੀਂ, ਆਪ ਹੀ ਆਇਆ ਜੀ। ਹਾਂਜੀ, ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ? ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਰੰਟ ਹੋਈ ਸੀ ਅਤੇ ਮੈਂ ਆਪ ਪੇਸ਼ ਹੋਣ ਆਇਆ ਜੀ। ਕੁਛ ਨੀ, ਮਨ 'ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ ਨਹੀਂ? ਪਛਤਾਵਾ ਕਾਹਦਾ, ਕੋਈ ਪਛਤਾਵਾ ਨਹੀਂ। ਬਸ ਵੇਖਿਆ ਢੋਲ ਦੇ ਡਗੇ ਤੇ ਤੁਸੀਂ? ਹਾਂ, ਕੋਈ ਗੱਲ ਨੀ, ਕੋਈ ਗੱਲ ਨੀ। ਹਾਂਜੀ, ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਨਹੀਂ, ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਜਾ ਮੈਂ ਆਪਣੇ ਗੁਰੂ ਲਈ ਜਾ ਰਿਹਾ, ਮਨ 'ਚ ਖੁਸ਼ੀ ਹੈ ਬਸ। ਕੀ ਮੈਟਰ ਅੱਜ ਕੀ ਜਿਹੜਾ ਥਾਣਾ ਗੇਟ ਹੈ ਕੀ ਬਾਬਾ? ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮ ਦੁਆਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾ ਦਿੱਤਾ ਇਹਨਾਂ ਨੂੰ, ਅਤੇ ਉਹਦੇ ਵਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆਇਆ ਜੀ। ਜੀ, ਤੁਸੀਂ ਆਪ ਅਰੈਸਟ ਹੋਣ ਆਏ ਜੀ? ਨਹੀਂ, ਆਪ ਹੀ ਆਇਆ ਜੀ। ਹਾਂਜੀ, ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ? ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਰੰਟ ਹੋਈ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ।
ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ ਵੀ ਗਏ ਜੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ? ਨਹੀਂ ਜੇਲ ਨਹੀਂ, ਮੈਂ ਦੂਸਰੇ ਕਿਸੇ ਕੇਸ ਜੇਲ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ। ਤੇ ਹੁਣ ਕੀ ਮਨ ਚ ਆਇਆ ਕਿ ਯਾਰ ਤੁਸੀਂ ਆਪਣੇ ਆਪ ਗ੍ਰਿਫਤਾਰ? ਨਹੀਂ ਕੁਛ ਨਹੀਂ, ਮਨ ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ? ਨਹੀਂ ਪਛਤਾਵਾ ਕਰਦਾ ਕੋਈ ਪਛਤਾਵਾ ਨਹੀਂ, ਬਸ ਵੇਖਿਆ ਢੋਲ ਦੇ ਡਗੇ ਤੇ ਤੁਸੀਂ। ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਹਾਂਜੀ। ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਨਹੀਂ, ਆਪਣੇ ਗੁਰੂ ਲਈ ਜਾ ਰਿਹਾ, ਢੋਲ ਵਜਾ, ਮੈਂ ਆਪਣੀ ਗੁਰੂ ਲਈ ਜਾ ਰਿਹਾ, ਮਨ 'ਚ ਖੁਸ਼ੀ ਹੈ ਬਸ।